ਆ ਵੇਖੋ ਦੋਧੀ ਦਾ ਕਾਰਾ ਚੰਡੀਗੜ੍ਹ ਦੇ ਵਿੱਚ ਜਾਂਦਾ ਸੀ ਦੁੱਧ ਪਾਉਣ, ਪਰ ਵਾਪਸੀ ਵੇਲੇ ਉਹਨਾਂ ਢੋਲਾਂ ਦੇ ਵਿੱਚ ਭਰ ਕੇ ਲਿਆਉਂਦਾ ਸੀ ਚੰਡੀਗੜ੍ਹ ਦੀ ਸ਼ਰਾਬ। ਪੁਲਿਸ ਨੇ ਦਬੋਚਿਆ ਹੈ, ਚੰਡੀਗੜ੍ਹ ਦੇ ਫੇਸ ਇੱਕ ਦੇ ਵਿੱਚ ਨਾਕਾ ਲਗਾਇਆ ਸੀ, ਸੋ ਮੁਖਬਰੀ ਕਿਸੇ ਨੇ ਕੀਤੀ ਹੈ। ਖਰੜ ਦੇ ਬੱਤਾ ਪਿੰਡ ਦਾ ਰਹਿਣ ਵਾਲਾ ਇਹ ਵਿਅਕਤੀ ਹੈ ਜਿਸ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਅਤੇ ਇਸਦਾ ਜਿਹੜਾ ਨਾਮ ਹੈ ਸੁੱਚਾ ਸਿੰਘ ਦੱਸਿਆ ਜਾ ਰਿਹਾ। ਪਿਤਾ ਦਾ ਨਾਮ ਇਸਦਾ ਨਸੀਬ ਸਿੰਘ ਹੈ ਅਤੇ ਪਿੰਡ ਬੱਤਾ ਤਹਿਸੀਲ ਖਰੜ ਦਾ ਰਹਿਣ ਵਾਲਾ ਹੈ। ਸੋ ਪੁਲਿਸ ਨੇ ਪੁਲਿਸ ਨੂੰ ਕਿਸੇ ਨੇ ਮੁਖਬਰੀ ਕੀਤੀ ਕਿ ਵਿਅਕਤੀ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਦੁੱਧ ਪਾਉਣ ਜਾਂਦਾ ਹੈ ਅਤੇ ਦੁੱਧ ਵਾਲੇ ਢੋਲਾਂ ਦੇ ਵਿੱਚ ਵਾਪਸੀ ਵੇਲੇ ਸ਼ਰਾਬ ਲੈ ਕੇ ਆਉਂਦਾ। ਹੁਣ ਚੰਡੀਗੜ੍ਹ ਦੀ ਜਿਹੜੀ ਸ਼ਰਾਬ ਹੈ ਉਹ ਸਸਤੀ ਹੈ, ਚੰਡੀਗੜ੍ਹ ਦੇ ਵਿੱਚ ਸਸਤੀ ਮਿਲਦੀ ਹੈ ਅਤੇ ਪੰਜਾਬ ਦੇ ਵਿੱਚ ਲਿਆ ਕੇ ਇਹ ਸ਼ਰਾਬ ਮਹਿੰਗੀ ਜਿਹੜੀ ਵੇਚੀ ਜਾਂਦੀ ਸੀ। ਸੋ 24 ਬੋਤਲਾਂ ਜਿਹੜੀਆਂ ਇਸ ਵਿਅਕਤੀ ਦੇ ਕੋਲੋਂ ਪੁਲਿਸ ਨੇ ਬਰਾਮਦ ਕੀਤੀਆਂ ਨੇ। ਸੋ ਫਿਲਮੀ ਸਟਾਈਲ ਦੇ ਵਿੱਚ ਜਿਹੜੀ ਇਹ ਤਸਕਰੀ ਸ਼ਰਾਬ ਦੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਵਿੱਚ ਸ਼ਰਾਬ ਸਸਤੀ ਹੈ ਅਤੇ ਸਸਤੀ ਸ਼ਰਾਬ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਵਿੱਚ ਲਿਆ ਕੇ ਵੇਚੀ ਜਾ ਰਹੀ ਹੈ। ਖਰੜ ਦੇ ਬੱਤਾ ਪਿੰਡ ਦਾ ਰਹਿਣ ਵਾਲਾ ਸੁੱਚਾ ਸਿੰਘ ਹੈ, ਕਥਿਤ ਤੌਰ 'ਤੇ ਇਸ ਨੂੰ ਕਾਬੂ ਕੀਤਾ ਗਿਆ। ਇਸ ਦੇ ਕੋਲੋਂ 24 ਬੋਤਲਾਂ ਜਿਹੜੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਸੋ ਦੁੱਧ ਵਾਲੇ ਢੋਲਾਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਭਰ ਲਿਆਉਂਦਾ ਸੀ ਇਹ ਵਿਅਕਤੀ। ਕਿਸੇ ਨੇ ਮੁਖਬਰੀ ਕੀਤੀ ਕਿ ਪੁਲਿਸ ਨੂੰ ਜਿਹੜੀ ਕਿਸੇ ਨੇ ਇਤਲਾਹ ਦਿੱਤੀ ਹੈ ਕਿ ਮੋਟਰਸਾਈਕਲ ਦੇ ਉੱਤੇ ਕੋਈ ਵਿਅਕਤੀ ਆ ਰਿਹਾ ਹੈ, ਦੁੱਧ ਵਾਲੇ ਜਿਹੜੇ ਡੋਣੇ ਹੁੰਦੇ ਨੇ, ਦੁੱਧ ਵਾਲੇ ਜਿਹੜੇ ਵੱਡੇ ਢੋਲ ਹੁੰਦੇ ਨੇ ਉਹ ਸੱਜੇ ਖੱਬੇ ਟੰਗੇ ਹੋਏ ਨੇ ਵਿਅਕਤੀ ਨੇ, ਅਤੇ ਜਦੋਂ ਪੁਲਿਸ ਨੇ ਨਾਕਾ ਲਗਾਇਆ ਇਸ ਵਿਅਕਤੀ ਨੂੰ ਰੋਕਿਆ ਤਾਂ ਜਦੋਂ ਤਲਾਸ਼ੀ ਲਈ ਤਾਂ ਇਸਦੇ ਕੋਲੋਂ 24 ਜਿਹੜੀਆਂ ਬੋਤਲਾਂ ਉਹ ਬਰਾਮਦ ਕੀਤੀਆਂ। ਸੋ ਮਾਮਲਾ ਜਿਹੜਾ ਦਰਜ ਕਰਕੇ ਜਿਹੜੇ ਵੱਖਰੀਆਂ ਵੱਖਰੀਆਂ ਧਾਰਾਵਾਂ ਲਾਈਆਂ ਗਈਆਂ ਨੇ। ਐਕਸਾਈਜ਼ ਜਿਹੜੀ ਪਾਲਿਸੀ ਹੁੰਦੀ ਹੈ ਉਹਦੇ ਤਹਿਤ ਜਿਹੜੀ ਉਹ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਸੋ ਚੰਡੀਗੜ੍ਹ ਦੀਆਂ ਜਿਹੜੀਆਂ ਬੋਤਲਾਂ ਦੇ ਉੱਤੇ ਅਕਸਰ ਹੀ ਲਿਖਿਆ ਮਿਲਦਾ ਹੈ ਕਿ ਫੋਰ ਸੇਲ ਓਨਲੀ ਇਨ ਚੰਡੀਗੜ੍ਹ। ਸੋ ਚੰਡੀਗੜ੍ਹ ਦੇ ਵਿੱਚ ਹੀ ਇਹਨਾਂ ਸ਼ਰਾਬਾਂ ਦੀ ਬੋਤਲਾਂ ਦੀ ਜਿਹੜੀ ਵਿਕਰੀ ਹੋ ਸਕਦੀ ਹੈ। ਚੰਡੀਗੜ੍ਹ ਤੋਂ ਬਾਹਰ ਚਾਹੇ ਮੋਹਾਲੀ ਹੋਵੇ, ਮੋਹਾਲੀ ਦੇ ਵਿੱਚ ਵੀ ਇਹ ਸ਼ਰਾਬਾਂ ਜਿਹੜੀਆਂ ਇਹ ਬੋਤਲਾਂ ਨੇ ਸ਼ਰਾਬ ਦੀਆਂ ਨਹੀਂ ਵੇਚ ਸਕਦੀਆਂ, ਨਹੀਂ ਵੇਚੀਆਂ ਜਾ ਸਕਦੀਆਂ। ਸੋ ਇਹ ਵਿਅਕਤੀ ਦੇ ਵੱਲੋਂ ਚੰਡੀਗੜ੍ਹੋਂ ਸਸਤੀਆਂ ਬੋਤਲਾਂ ਲਿਆ ਕੇ ਪੰਜਾਬ ਦੇ ਵਿੱਚ ਵੇਚਣ ਦਾ ਜਿਹੜਾ ਇਹ ਕਾਰਾ ਕੀਤਾ ਜਾ ਰਿਹਾ ਸੀ। ਬੜਾ ਦਿਮਾਗ ਲਗਾ ਕੇ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਸੀ। ਸੋ ਪਤਾ ਨਹੀਂ ਕਿੰਨੇ ਸਮੇਂ ਤੋਂ ਇਹ ਕਾਰਵਾਈ ਕੀਤੀ ਜਾ ਰਹੀ ਸੀ, ਪਰ ਹੁਣ ਪੁਲਿਸ ਨੂੰ ਕਿਸੇ ਨੇ ਇਤਲਾਹ ਦਿੱਤੀ, ਮੁਖਬਰੀ ਕੀਤੀ ਕਿ ਵਿਅਕਤੀ ਦੇ ਵੱਲੋਂ ਦੁੱਧ ਵਾਲੇ ਜਿਹੜੇ ਢੋਲ ਆ ਉਹਨਾਂ ਦੇ ਵਿੱਚ ਬੋਤਲਾਂ ਰੱਖ ਕੇ ਲਜਾਈਆਂ ਜਾ ਰਹੀਆਂ ਨੇ। ਫੇਸਬੁੱਕ ਦੇ ਵਿੱਚ ਜਿਹੜਾ ਫਿਰ ਰੋਕਿਆ ਗਿਆ ਇਸ ਵਿਅਕਤੀ ਨੂੰ, ਅਤੇ ਜਦੋਂ ਤਲਾਸ਼ੀ ਲਈ ਗਈ ਤਾਂ ਇਹਦੇ ਕੋਲੋਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ, ਵਿਅਕਤੀ ਦੇ ਉੱਤੇ ਮਾਮਲਾ ਜਿਹੜਾ ਐਕਸਾਈਜ਼ ਦੀ ਜਿਹੜੀ ਪਾਲਿਸੀ ਹੁੰਦੀ ਆ ਉਹਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ, ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਆ। 24 ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ। ਸੋ ਜਿਹੜਾ ਨਾਕਾ ਦੱਸਿਆ ਜਾ ਰਿਹਾ FIR ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਟਾਈਮ ਕਿ 12 ਵਜੇ ਤੜਕੇ ਹਨੇਰੇ ਦੇ ਅੱਧੀ ਰਾਤ ਵੀ ਕਹਿ ਸਕਦੇ ਹੋ ਕਿ ਅੱਧੀ ਰਾਤ 12 ਵਜੇ ਇਸ ਵਿਅਕਤੀ ਨੂੰ ਜਿਹੜਾ ਘੇਰਿਆ ਗਿਆ, ਨਾਕਾ ਲਗਾਇਆ ਗਿਆ। ਉਸ ਵੇਲੇ ਵਿਅਕਤੀ ਦੇ ਕੋਲੋਂ ਜਿਹੜੀ ਤਲਾਸ਼ੀ ਦੇ ਤਹਿਤ ਜਦੋਂ ਉਸਦੀ ਤਲਾਸ਼ੀ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਫਿਰ 24 ਬੋਤਲਾਂ ਉਸਦੇ ਕੋਲੋਂ ਬਰਾਮਦ ਹੁੰਦੀਆਂ ਨੇ ਦੁੱਧ ਵਾਲੇ ਢੋਲ ਦੇ ਵਿੱਚੋਂ। ਇਹ ਬੋਤਲਾਂ ਨਿਕਲਦੀਆਂ ਨੇ, 24 ਬੋਤਲਾਂ ਜਿਹੜੀਆਂ ਚੰਡੀਗੜ੍ਹ ਦੀ ਇੱਕ ਸ਼ਰਾਬ ਕਹਿ ਲਈਏ ਕਿ ਚੰਡੀਗੜ੍ਹ ਦੀ ਸ਼ਰਾਬ ਸਸਤੀ ਹੈ ਤਾਂ ਕਰਕੇ ਲੋਕ ਜਿਹੜੇ ਉੱਥੋਂ ਸ਼ਰਾਬ ਜਿਹੜਾ ਸੇਵਨ ਵੀ ਕਰਦਾ ਤਾਂ ਉਹ ਵੀ ਚੰਡੀਗੜ੍ਹ ਦੇ ਵਿੱਚ ਬਹਿ ਕੇ ਹੀ ਸੇਵਨ ਕਰ ਸਕਦਾ। ਸੋ ਇੱਥੋਂ ਤੱਕ ਜਿਹੜਾ ਇੱਕ ਕਹਿ ਲਈਏ ਕਿ ਅਲਾਓ ਕੀਤਾ ਹੁੰਦਾ ਕਿ ਚੰਡੀਗੜ੍ਹ ਦੇ ਵਿੱਚ ਵੀ ਇੱਕ ਲਿਮਿਟ ਹੈ ਕਿ ਚੰਡੀਗੜ੍ਹ ਦੇ ਵਿੱਚ ਬਹਿ ਕੇ ਤੁਸੀਂ ਸ਼ਰਾਬ ਪੀ ਸਕਦੇ, ਪਰ ਡਰਾਈਵ ਜਿਹੜੀ ਡਰਿੰਕ ਐਂਡ ਡਰਾਈਵ ਨਹੀਂ ਕਰਨੀ। ਪਰ ਇਸ ਵਿਅਕਤੀ ਦੇ ਵੱਲੋਂ ਚੰਡੀਗੜ੍ਹ ਦੀ ਜਿਹੜੀ ਸ਼ਰਾਬ ਲਿਆ ਕੇ ਪੰਜਾਬ ਦੇ ਵਿੱਚ ਵੇਚੀ ਜਾਂਦੀ ਹੈ, ਇਹ ਜਿਹੜੀ ਤਸਕਰੀ ਕੀਤੀ ਜਾਂਦੀ ਸੀ, ਕਿਸੇ ਮੁਖਬਰ ਨੇ ਇਤਲਾਹ ਕੀਤੀ ਕਿ ਫਿਲਮੀ ਸਟਾਈਲ ਦੇ ਵਿੱਚ ਇਹ ਵਿਅਕਤੀ ਦੁੱਧ ਵਾਲੇ ਭਾਂਡਿਆਂ ਦੇ ਵਿੱਚ ਸ਼ਰਾਬ ਲੈ ਕੇ ਜਾ ਰਿਹਾ। ਸੋ ਪੁਲਿਸ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਆਪਣੀ ਬਣਦੀ ਧਾਰਾ ਜਿਹੜੀ ਆ ਉਹ ਲਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।